हेलो फ्रेंड्स वेलकम टू योर YouTube चैनल इंग्लिश फैमिली 87 सो so, अपनी, वीडियो दे गल अपनी Nightingles. Nightingles बुल बुल, so, इस वीडियो ਦੇ ਵਿੱਚ ਆਪਾਂ ਗੱਲ ਕਰਾਂਗੇ BA ਸਮੈਸਟਰ 6th ਆਪਣੀ ਉਸ ਦੀ 8th ਜਿਹੜੀ ਪੋਇਮ ਹੈ ਨਾਈਟਿੰਗਲਸ ਨਾਈਟਿੰਗਲਸ ਹੁੰਦੇ ਨੇ ਬੁਲਬੁਲ ਬਾਇ ਰੋਬਰਟ ਬ੍ਰਿਜਸ ਸੋ ਸਭ ਤੋਂ ਪਹਿਲਾਂ ਇਸ ਪੋਇਮ ਦੇ ਬਾਰੇ ਥੋੜਾ ਪੜ੍ਹ ਲੈਂਦੇ ਆ ਇਸ ਪੋਇਮ ਦੇ ਵਿੱਚ ਹੈ ਕੀ ਹੈ ਸਭ ਤੋਂ ਪਹਿਲਾਂ ਦੇਖੋ 18 ਲਾਈਨਸ ਪੋਇਮ ਜਿਹੜੀ ਕਿ ਇਹ ਆਪਣੀ ਪੋਇਮ ਹੈ 18 ਲਾਈਨਾਂ ਦੀ ਪੋਇਮ ਹੈ ਡਿਵਾਈਡਡ ਇਨਟੂ 3 ਸਟੈਂਜਸ 3 ਸਟੈਂਜਸ ਦੇ ਵਿੱਚ ਡਿਵਾਈਡ ਕੀਤੀ ਗਈ ਹੈ ਇਸ ਜਿਹੜੀ ਮੇਨ ਥੀਮ ਹੈ ਉਹ ਕੀ ਹੈ ਬਿਊਟੀ ਪੇਨ ਐਂਡ ਲਨਲੀਨੈਸ ਇਸ ਪੋਇਮ ਦੇ ਵਿੱਚ ਜਿਹੜੇ ਆਪਣੇ ਨਾਈਟਿੰਗਲਸ ਨੇ ਪੰਛੀ ਨੇ ਉਹਨਾਂ ਦੀ ਬਿਊਟੀ ਉਹਨਾਂ ਦੀ ਸੁੰਦਰਤਾ ਬਾਰੇ ਦੱਸਿਆ ਗਿਆ ਹੈ ਉਹਨਾਂ ਦਾ ਪੇਨ ਉਹਨਾਂ ਦੇ ਦੁੱਖ ਦਰਦ ਬਾਰੇ ਦੱਸਿਆ ਗਿਆ ਹੈ ਐਂਡ ਲਨਲੀਨੈਸ ਅਤੇ ਉਹਨਾਂ ਦੇ ਇਕੱਲੇਪਨ ਬਾਰੇ ਆਪਾਂ ਨੂੰ ਦੱਸਿਆ ਗਿਆ ਹੈ ਦੇਖੋ ਗੈਸ ਪੋਇਮ ਦੇ ਵਿੱਚ ਕੀ ਹੈ ਦ ਪੋਇਮ ਹੈਜ਼ ਬੀਨ ਰਿਟਨ ਇਨ ਐਨ ਅਨ ਰੋਮੈਂਟਿਕ ਮੂਡ ਅਨ ਰੋਮੈਂਟਿਕ ਮੂਡ ਦੇ ਵਿੱਚ ਲਿਖੀ ਗਈ ਹੈ ਇਟ ਇਜ਼ ਇਮੇਜਿਨਡ ਥੈਟ ਅਕਸਰ ਇਹ ਇਮੇਜਿਨ ਕੀਤਾ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਦੀਜ਼ ਲਵਲੀ ਬਰਡਸ ਕਿ ਜਿਹੜੇ ਇਹ ਲਵਲੀ ਬਰਡਸ ਨੇ ਨਾਈਟਿੰਗਲਸ ਕਮ ਫਰੋਮ ਬਿਊਟੀਫੁਲ ਮਾਊਂਟੇਨਸ ਐਂਡ ਵੈਲਿਸ ਕਿ ਬਿਊਟੀਫੁਲ ਮਾਊਂਟੇਨ ਸੁੰਦਰ ਪਹਾੜੀਆਂ ਤੇ ਘਾਟੀਆਂ ਤੋਂ ਆਉਂਦੇ ਨੇ ਫੁੱਲ ਆਫ ਫਲਾਵਰਸ ਜਿੱਥੇ ਬਹੁਤ ਸਾਰੇ ਫੁੱਲ ਨੇ ਹਾਓਐਵਰ ਪ੍ਰੰਤੂ the nightingales reveal their sad plight parantu jehde nightingales ne bulbul ne oh apni sad plight dukh bhari jehdi apni durdosh hai oh dassde ne their world is full of sadness and sorrow ke ohna di jehdi duniya oh puri matlab bharpoor hai dukhhan de naal te sadness de naal the song of the nightingales also expresses ਜਿਹੜੇ ਨਾਈਟਿੰਗਲਸ ਦੇ ਸੌਂਗਸ ਨੇ ਉਹ ਇਹ ਵੀ ਐਕਸਪ੍ਰੈਸ ਕਰਦੇ ਨੇ ਕੀ ਐਕਸਪ੍ਰੈਸ ਕਰਦੇ ਨੇ देयर ਡੀਪ ਸੋਰੋ ਉਹਨਾਂ ਦੇ ਦੁੱਖ ਦਰਦ ਐਂਡ देयर अनਫੁਲਫਿਲਡ ਡਿਜ਼ਾਇਰ ਐਂਡ ਡ੍ਰੀम्स ਉਹਨਾਂ ਦੇ ਅਧੂਰੇ ਸੁਪਨੇ ਅਤੇ ਉਹਨਾਂ ਦੀਆਂ ਇੱਛਾਵਾਂ ਨੂੰ ਵੀ ਮਤਲਬ ਬਿਆਨ ਕਰਦੇ ਨੇ ਇਨ ਸਪਾਈਟ ਆਫ ਆਲ देयर ਆਰਟ ਐਂਡ ਸਕਿੱਲ ਇਨ ਸਿੰਗਿੰਗ ਸਿੰਗਿੰਗ ਦੇ ਵਿੱਚ ਉਹਨਾਂ ਦਾ ਮਤਲਬ ਜਿਹੜਾ ਆਰਟ ਤੇ ਕਲਾ ਹੈ ਜਿਹੜੀ ਉਸ ਦੇ ਬਾਵਜੂਦ ਵੀ ਦੇ ਫੇਲ ਟੂ ਐਕਸਪ੍ਰੈਸ देयर ਅਨਫੁਲਫਿਲਡ ਡਿਜ਼ਾਇਰ ਉਹ ਆਪਣੀਆਂ ਜਿਹੜੀਆਂ ਅਧੂਰੀਆਂ ਇੱਛਾਵਾਂ ਨੇ ਉਹਨਾਂ ਨੂੰ ਮਤਲਬ ਕਿ ਐਕਸਪ੍ਰੈਸ ਕਰਨ ਦੇ ਵਿੱਚ ਉਹ ਫੇਲ ਰਹਿੰਦੇ ਨੇ ਹਾਲਾਂਕਿ ਇੰਨਾ ਸੁੰਦਰ ਗਾਉਣ ਦੇ ਬਾਵਜੂਦ ਵੀ ਦ ਨਾਈਟਿੰਗਲਸ ਸਿੰਗ देयर ਸੌਂਗਸ ਜਿਹੜੇ ਨਾਈਟਿੰਗਲਸ ਨੇ ਆਪਣੇ ਸੌਂਗ ਗਾਉਂਦੇ ਨੇ ਆਲ ਥਰੂ ਦ ਨਾਈਟ ਸਾਰੀ ਰਾਤ ਗਾਉਂਦੇ ਰਹਿੰਦੇ ਨੇ ਐਸ ਦ ਨਾਈਟ comes to an end ਜਦੋਂ ਮਤਲਬ ਰਾਤ ਖਤਮ ਹੋਣ ਵਾਲੀ ਹੁੰਦੀ ਹੈ ਦਾ ਅਦਰ ਵਰਡਸ ਵੈਲਕਮ ਟੂ ਦਾ ਸਨੀ ਮਾਰਨਿੰਗ ਅਤੇ ਦੂਜੇ ਜਿਹੜੇ ਪੰਛੀ ਨੇ ਉਹ ਮਤਲਬ ਮਾਰਨਿੰਗ ਦਾ ਸਵੇਰ ਦਾ ਵੈਲਕਮ ਕਰਦੇ ਨੇ ਤਾਂ ਉਦੋਂ ਕੀ ਹੁੰਦਾ ਦਾ ਨਾਈਟਿੰਗਲਸ ਮੂਵ ਟੂ देयर ਹਾਈਡ ਆਊਟ ਜਿਹੜੇ ਨਾਈਟਿੰਗਲਸ ਨੇ ਉਹ ਆਪਣੀ ਮਤਲਬ ਜਗਾ ਤੇ ਜਾ ਕੇ ਲੁੱਕ ਕੇ ਬਹਿ ਜਾਂਦੇ ਨੇ ਐਂਡ ਡਰੀਮ ਸਾਇਲੈਂਟਲੀ ਅਤੇ ਚੁੱਪਚਾਪ ਆਪਣੇ ਸੁਪਨੇ ਨੇ ਜਿਹੜੇ ਉਹ ਦੇਖਦੇ ਰਹਿੰਦੇ ਨੇ ਦੇ ਕੰਟੀਨਿਊ ਡ੍ਰੀਮਿੰਗ ਅਬਾਊਟ देयर ਸੋਰੋਜ਼ ਉਹ ਲਗਾਤਾਰ ਆਪਣੇ ਜਿਹੜੇ ਦੁੱਖ ਦਰਦ ਨੇ ਉਹਨਾਂ ਦੇ ਸੁਪਨੇ ਦੇਖਦੇ ਨੇ ਐਂਡ ਅਨਫੁੱਲਫਿਲਡ ਡਿਜ਼ਾਇਰਸ ਅਤੇ ਆਪਣੀਆਂ ਜਿਹੜੀਆਂ ਅਧੂਰੀਆਂ ਇੱਛਾਵਾਂ ਨੇ ਉਹਨਾਂ ਦੇ ਮਤਲਬ ਸੁਪਨੇ ਨੇ ਜਿਹੜੇ ਉਹ ਉਹਨਾਂ ਦੇ ਬਾਰੇ ਦੇਖਦੇ ਰਹਿੰਦੇ ਨੇ ਐਂਡ ਅੱਗੇ ਦੇਖੋ ਆਪਣੀ ਇਸ ਪੋਇਮ ਦਾ ਕਾਮਨ ਲੌਂਗ ਕੁਐਸਚਨ ਹੈ ਜਿਹੜਾ ਆਪਾਂ ਇੱਕ ਹੀ ਕਰਾਂਗੇ ਸਮਰੀ ਥੀਮ ਜਾਂ ਸੈਂਟਰਲ ਆਈਡੀਆ ਕੁਝ ਵੀ ਆ ਜੇ ਆਪਾਂ ਇੱਕ ਹੀ ਕੁਐਸਚਨ ਕਰਨਾ Nightingales is a beautiful little poem bahut sundar ek choti ji poem hai written by Robert Bridges द पोएम हैज बीन रिटन इन एन अनरोमांटिक मूड अनरोमांटिक मूड ਦੇ ਵਿੱਚ ਲਿਖੀ ਗਈ ਹੈ ਨਾਈਟਿੰਗਲਸ ਬੁਲਬੁਲ द स्मॉल ब्यूटीफुल वर्ड्स ਜਿਹੜੇ ਕਿ ਬਹੁਤ ਛੋਟੇ ਸੁੰਦਰ ਪੰਛੀ ਨੇ ਹੈਵ ਇਨਸਪਾਇਰਡ ਮੈਨੀ ਅਦਰ ਪੋਇਟਸ ਬਹੁਤ ਸਾਰੇ ਪੋਇਟਸ ਨੂੰ ਇਹਨਾਂ ਨੇ ਇਨਸਪਾਇਰ ਕੀਤਾ ਹੈ ਕਿਸ ਚੀਜ਼ ਦੇ ਲਈ ਇਨਸਪਾਇਰ ਕੀਤਾ ਹੈ ਟੂ ਪ੍ਰੇਜ਼ देयर ਬਿਊਟੀ ਕਿ ਇਹਨਾਂ ਦੀ ਬਿਊਟੀ ਹੈ ਜਿਹੜੀ ਉਹਨਾਂ ਦੀ ਉਹ ਪ੍ਰੇਜ਼ ਤਾਰੀਫ਼ ਕਰਨ ਇਨ ਅ ਰੋਮਾਂਟਿਕ ਮੂਡ ਰੋਮਾਂਟਿਕ ਮੂਡ ਦੇ ਵਿੱਚ ਇਨ देयर ਪੋਇਮਸ ਉਹਨਾਂ ਦੀਆਂ ਪੋਇਮਸ ਦੇ ਵਿੱਚ ਹਾਊਐਵਰ ਪਰੰਤੂ ਰੋਬਰਟ ਬ੍ਰਿਜਸ ਹੈਜ਼ ਟ੍ਰੀਟਡ ਦਾ ਬਰਡਸ ਪਰ ਜਿਹੜਾ ਰੋਬਰਟ ਬ੍ਰਿਜਸ ਹੈ ਉਸਨੇ ਇਹਨਾਂ ਪੰਛੀਆਂ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਟ੍ਰੀਟ ਕੀਤਾ ਐਜ਼ ਐਸੋਸੀਏਟਡ ਆਫ ਡੀਪ ਸੋਰੋ ਐਂਡ ਸੈਡਨੈਸ ਮਤਲਬ ਕਿ ਰੋਬਰਟ ਬ੍ਰਿਜਸ ਨੇ ਆਪਣੀ ਇਸ ਪੋਇਮ ਦੇ ਵਿੱਚ ਇਹਨਾਂ ਪੰਛੀਆਂ ਦੇ ਦੁੱਖ ਦਰਦ ਨੇ ਜਿਹੜੇ ਉਹਨਾਂ ਨੂੰ ਬਿਆਨ ਕੀਤਾ ਮਲਕੀ ਇਹਨਾਂ ਦੇ ਖੁਸ਼ੀਆਂ ਭਰੇ ਜਿਹੜੇ ਕੰਮ ਨੇ ਮਤਲਬ ਕਿ ਇਹਨਾਂ ਦੇ ਵਧੀਆਪਨ ਨੂੰ ਪੇਸ਼ ਨਹੀਂ ਕੀਤਾ ਇਹਨਾਂ ਦੀਆਂ ਜਿਹੜੇ ਦੁੱਖ ਨੇ ਉਹਨਾਂ ਨੂੰ ਪੇਸ਼ ਕੀਤਾ ਨਾਈਟਿੰਗਲਸ ਆਰ ਸਮਾਲ ਸਿੰਗਿੰਗ ਬਰਡਸ ਸਮਾਲ ਸਿੰਗਿੰਗ ਬਰਡਸ ਨੇ ਇਹ ਛੋਟੇ ਜੇ ਮਤਲਬ ਕਿ ਬਹੁਤ ਸੋਹਣਾ ਗਾਉਂਦੇ ਨੇ ਇਟ ਇਜ਼ ਬਲੀਵਡ ਜਨਰਲੀ ਅਕਸਰ ਇਹ ਬਲੀਵ ਕੀਤਾ ਜਾਂਦਾ ਹੈ ਥੈਟ ਥੀਸ ਵਰਡਸ ਕਮ ਫਰਮ ਸਮ ਹੈਪੀ ਲੈਂਡ ਆਫ ਫਲਾਵਰਸ ਕਿ ਬਹੁਤ ਵਧੀਆ ਖੁਸ਼ੀਆਂ ਪਰ ਇਹ ਜਗ੍ਹਾ ਤੋਂ ਆਉਂਦੇ ਨੇ ਜਿੱਥੇ ਬਹੁਤ ਸਾਰੇ ਫੁੱਲ ਨੇ द पोएट फील्स चार्म्ड ਜਿਹੜਾ ਪੋਇਟ ਹੈ ਬਹੁਤ ਜ਼ਿਆਦਾ ਮਤਲਬ ਮੋਹਿਕ ਹੁੰਦਾ ਹੈ ਮੋਹਿਤ ਹੁੰਦਾ ਹੈ ਇਹਨਾਂ ਦੀ ਤਰਫ ਬਾਏ ਦਾ ਸਵੀਟ ਸੌਂਗਸ ਆਫ ਦਾ ਨਾਈਟਿੰਗਲਸ नाइटिंगल्स दे एड स्वीट सॉन्ग्स ने उन्हा उ सुन के मोहित हो जांदा जेड़ा पोएट है द नाइटिंगल्स सिंग स्वीट सॉन्ग्स मीठे मीठे सॉन्ग गाਉਂਦੇ ਨੇ ਨਾਈਟਿੰਗल्स द पोएट आल्सो ਬਲੀਵਸ ਦੈਟ ਜਿਹੜਾ ਪੋएट ਹੈ ਉਹ ਵੀ ਇਹ ਗੱਲ ਤੇ ਬਲੀਵ ਕਰਦਾ ਹੈ ਦੈਟ देयर माउंटेन ਹੋਮਸ ਮਸਟ ਬੀ ਵੈਰੀ ਬਿਊਟੀਫੁਲ ਕਿ ਜਿੱਥੇ ਰਹਿੰਦੇ ਨੇ ਉਹ ਵੀ ਜਗਾ ਬਹੁਤ ਜ਼ਿਆਦਾ ਸੋਹਣੀ ਹੋਵੇਗੀ ਬਹੁਤ ਮਤਲਬ ਸੁੰਦਰ ਹੋਵੇਗੀ द स्ट्रीम्स ਇਨ द माउंटेन ਵੈਲੇ ਵੀ ਜਿਹੜੀਆਂ ਉੱਥੇ ਮਤਲਬ ਨਦੀਆਂ ਹੋਣਗੀਆਂ ਜਿੱਥੇ ਰਹਿੰਦੇ ਨੇ ਆਪਣੇ ਆਪਣੇ ਨਾਈਟਿੰਗਲਸ which make the nightingales sing sweet songs ਜਿਨ੍ਹਾਂ ਨੇ ਕਿ ਇਹਨਾਂ ਨੂੰ ਇੰਨੇ ਮਿੱਠੇ ਮਿੱਠੇ Song ਗਾਉਣ ਦੇ ਮਤਲਬ ਕਾਬਿਲ ਬਣਾਇਆ ਉਸ ਜਗ੍ਹਾ ਨੇ ਮਸਟ ਬੀ ਵੈਰੀ ਬ੍ਰਾਈਟ ਉਹ ਬਹੁਤ ਜ਼ਿਆਦਾ ਬ੍ਰਾਈਟ ਹੋਵੇਗੀ ਸੁੰਦਰ ਹੋਵੇਗੀ ਕਹਿੰਦਾ ਮਤਲਬ the poet is so much charmed ਜਿਹੜਾ poet ਹੈ ਬਹੁਤ ਜ਼ਿਆਦਾ 모हित ਹੁੰਦਾ ਹੈ by their songs ਉਹਨਾਂ ਦੇ songs ਦੇ ਦੁਆਰਾ that he wishes ਉਹ ਉਹ ਵਿਸ਼ ਕਰਦਾ ਹੈ ਟੂ ਵੰਡਰ ਇਨ ਦਾ ਹੈਵਨਲੀ 에ਅਰ ਕਿ ਉਸ ਸਵਰਗ ਰੂਪੀ ਹਵਾ ਦੇ ਵਿੱਚ ਉਹ ਮਤਲਬ ਫਿਰਨਾ ਚਾਹੁੰਦਾ ਹੈ ਵੰਡਰ ਉੱਥੇ ਘੁੰਮਣਾ ਚਾਹੁੰਦਾ ਹੈ ਆਫ ਦੋਜ਼ ਫੋਰੈਸਟਸ ਉਹਨਾਂ ਜੰਗਲਾਂ ਦੇ ਵਿੱਚ ਉਹਨਾਂ ਫੋਰੈਸਟਸ ਦੇ ਵਿੱਚ ਵੇਅਰ ਨਾਈਟਿੰਗਲਸ ਲਿਵ ਜਿੱਥੇ ਜਿਹੜੇ ਨਾਈਟਿੰਗਲਸ ਨੇ ਉਹ ਰਹਿੰਦੇ ਨੇ the nightingales reply that or nightingales ne jehde oh reply karde ne that the mountains from where they come ke oh mountains oh pahadiyan jithon oh aunde ne are barren oh kenda bilkul banjard ne matlab ke oh sundar nahi hai giyan nightingales eh gall kende ne there are rocks utthe patthar ne and dry streams ate sukkiyan hoyiyan nadiyan ne in the mountain valley jithe oh rehnde ne mountain valley de vich they also say that oh eh gall vi kende ne nightingales their songs are not the expression of their joy kende jehde assi geet gaune ya eh saadi khushiyan bhare geet nahi hege assi khushi de vich nahi gaunde eh geet they only express pain of their hurts assi apne dilan da jehda dard hai assi oh matlab bayan karde ha sade songs de vich despite their art and skill in singing singing de vich onna di is kala de bavjood bhi they are unable to express the pain of their ਅਨਫੁਲਫਿਲਡ ਡਿਜ਼ਾਇਰ ਮਤਲਬ ਆਪਣੀ ਇਸ ਕਲਾ ਦੇ ਬਾਵਜੂਦ ਵੀ ਗਾਉਣ ਦੀ ਇਸ ਕਲਾ ਦੇ ਬਾਵਜੂਦ ਵੀ ਅਸੀਂ ਮਤਲਬ ਕਿ ਆਪਣਾ ਜਿਹੜਾ ਪੇਨ ਹੈ ਜਿਹੜੀ ਸਾਡੀਆਂ ਅਧੂਰੀਆਂ ਇੱਛਾਵਾਂ ਨੇ ਉਹਨਾਂ ਨੂੰ ਬਿਆਨ ਕਰਨ ਦੇ ਵਿੱਚ ਅਸੀਂ ਅਸਫਲ ਰਹਿੰਦੇ ਆ ਇਨ ਸਪਾਈਟ ਆਫ ਦਾ ਫੈਕਟ ਮਤਲਬ ਇਸ ਫੈਕਟ ਇਸ ਸਚਾਈ ਦੇ ਬਾਵਜੂਦ ਵੀ ਦੈਟ ਦਾ ਸੌਂਗਸ ਆਫ ਦਾ ਨਾਈਟਿੰਗਲਸ ਇਜ਼ ਫੁੱਲ ਆਫ ਸੌਰੋ ਕਿ ਜਿਹੜੇ ਨਾਈਟਿੰਗਲਸ ਦੇ ਸੌਂਗ ਨੇ ਉਹ ਦੁੱਖਾਂ ਨਾਲ ਭਰਪੂਰ ਨੇ ਦੇ ਕੰਟੀਨਿਊ ਸਿੰਕਿੰਗ ਉਹ ਕੰਟੀਨਿਊ ਮਤਲਬ ਗਾਉਂਦੇ ਰਹਿੰਦੇ ਨੇ ਅਲੋਨ ਡਿਊਰਿੰਗ ਦਾ ਨਾਈਟ ਸਾਰੀ ਰਾਤ ਕੱਲੇ ਗਾਉਂਦੇ ਰਹਿੰਦੇ ਨੇ ਹਾਊਐਵਰ ਪ੍ਰੰਤੂ men 드라이ਵਡ ਅ ਗ੍ਰੇਟ ਪਲੇਜ਼ਰ ਆਊਟ ਆਫ देयर ਸੰਗਸ ਪਰ ਜਿਹੜੇ ਆਦਮੀ ਨੇ men ਨੇ ਹਨਾ ਬੰਦੇ ਨੇ ਇਨਸਾਨ ਨੇ ਉਹ ਉਹਨਾਂ ਦੇ ਇਸ ਸੰਗਸ ਦੇ ਵਿੱਚੋਂ ਬਹੁਤ ਮਤਲਬ ਜ਼ਿਆਦਾ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਪਲੇਜ਼ਰ ਪ੍ਰਾਪਤ ਕਰਦੇ ਨੇ ਐਸ ਦਾ ਨਾਈਟ ਕਮਸ ਟੂ ਐਨ ਐਂਡ ਜਦੋਂ ਰਾਤ ਖਤਮ ਹੋਣ ਵਾਲੀ ਹੁੰਦੀ ਹੈ ਦ ਅਦਰ ਵਰਡਸ ਵੈਲਕਮ ਦ ਸਨੀ ਮਾਰਨਿੰਗ ਦੂਜੇ ਜਿਹੜੇ ਪੰਛੀ ਨੇ ਉਹ ਮਾਰਨਿੰਗ ਦਾ ਵੈਲਕਮ ਕਰਦੇ ਨੇ ਦ ਨਾਈਟਿੰਗਸ ਮੂਵ ਟੂ देयर ਹਾਈਡ ਆਊਟ ਆਪਣੀ ਮਤਲਬ ਜਗ੍ਹਾ ਤੇ ਜਾ ਕੇ ਇਹ ਛੁਪ ਜਾਂਦੇ ਨੇ ਐਂਡ ਡ੍ਰੀਮ ਸਾਇਲੈਂਟਲੀ ਅਤੇ ਚੁੱਪਚਾਪ ਆਪਣੇ ਸੁਪਨੇ ਦੇਖਦੇ ਰਹਿੰਦੇ ਨੇ ਦੇ ਕੰਟੀਨਿਊ ਡਰੀਮਿੰਗ ਅਬਾਊਟ देयर ਸੋਰੋਜ਼ ਉਹ ਉਹ ਮਤਲਬ ਕੰਟੀਨਿਊ ਸੁਪਨੇ ਦੇਖਦੇ ਰਹਿੰਦੇ ਨੇ ਆਪਣੇ ਸੋਰੋਜ਼ ਆਪਣੇ ਦੁੱਖਾਂ ਦੇ ਬਾਰੇ ਐਂਡ ਅਨਫੁਲਫਿਲਡ ਡਿਜ਼ਾਇਰਸ ਅਤੇ ਆਪਣੀਆਂ ਉਹਨਾਂ ਇੱਛਾਵਾਂ ਦੇ ਜੋ ਅਧੂਰੀਆਂ ਨੇ ਜੋ ਕਿ ਮਤਲਬ ਪੂਰੀਆਂ ਨਹੀਂ ਹੋਈਆਂ ਸੋ ਏਸੀ ਇਸ ਦਾ ਕਾਮਨ ਕੁਐਸਚਨ ਅੱਗੇ ਦੇਖੋ ਇਸ ਦੇ ਰੈਫਰੈਂਸ ਟੂ ਦਾ ਕੰਟੈਕਸਟ ਦਾ ਜਿਹੜੇ ਆਪਾਂ ਇਸ ਪੋਇਮ ਦੇ ਉਹ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਇਸ ਦਾ ਫਰਸਟ ਜਿਹੜਾ ਸਟੈਂਜ ਹੈ ਇਹ ਤੁਸੀਂ ਦੇਖ ਲੈਣਾ ਜਾਂ ਫਿਰ ਲਿਖ ਲੈਣਾ ਜਿਹੜਾ ਕੰਟੈਕਸਟ ਹੈ ਸਭ ਤੋਂ ਪਹਿਲਾਂ ਕੋਮਨ ਹੀ ਕੰਟੈਕਸਟ ਕਰਾਂਗੇ ਆਪਾਂ ਸਾਰਿਆਂ ਹੀ ਸਟੂਡੈਂਟਸ ਦੇ ਲਈ ਤਿੰਨਾਂ ਦੇ ਲਈ ਦੇਖੋ ਪੜ੍ਹਦੇ ਹਾਂ ðiiz lines have been taken from the poem nightingales ਇਸ ਪੋਇਮ ਦੇ ਵਿੱਚੋਂ ਇਹ ਲਾਈਨਾਂ ਲਈਆਂ ਗਈਆਂ ਨੇ ਰਿਟਨ ਬਾਈ ਰੋਬਰਟ ਬ੍ਰਿਜਸ the poet feels charmed ਜਿਹੜਾ ਪੋਇਟ ਹੈ ਉਹ ਆਪਣੇ ਆਪ ਨੂੰ ਮੋਹਿਤ ਫੀਲ ਕਰਦਾ ਹੈ ਬਾਏ ਦਾ সুইਟ ਸੰਗਸ ਆਫ ਦਾ ਨਾਈਟਿੰਗਲਸ ਮਤਲਬ ਮੋਹਿਤ ਹੋ ਜਾਂਦਾ ਹੈ ਨਾਈਟਿੰਗਲਸ ਦੇ ਇਹ ਜਿਹੇ ਮਿੱਠੇ ਸੰਗ ਸੁਣ ਕੇ ਹੀ thinks that ਉਹ ਸੋਚਦਾ ਹੈ ਦੀਸ ਸਵੀਟ ਸਿੰਗਿੰਗ ਵਰਡਸ ਮਸਟ ਬੀ ਲਿਵਿੰਗ ਇਨ ਐਨ ਆਈਡੀਅਲ ਵਰਲਡ ਕਿ ਜਰੂਰ ਇਹ ਕਿਸੇ ਆਈਡੀਅਲ ਵਰਲਡ ਬਹੁਤ ਸੁੰਦਰ ਜਗ੍ਹਾ ਦੇ ਉੱਪਰ ਰਹਿੰਦੇ ਹੋਣਗੇ ਇਹ ਜਿਹੜੇ ਪੰਛੀ ਨੇ ਕਿਉਂਕਿ ਇੰਨਾ ਸੁੰਦਰ ਗਾਉਂਦੇ ਨੇ ਫੁੱਲ ਆਫ ਹੈਪੀਨੈਸ ਜਿਹੜੀ ਕਿ ਫੁੱਲ ਆਫ ਹੈਪੀਨੈਸ ਹੋਵੇਗੀ ਖੁਸ਼ੀਆਂ ਭਰੀ ਜਗ੍ਹਾ ਹੋਵੇਗੀ ਹੀ ਫੀਲਸ ਵੈਰੀ ਹੈਪੀ ਟੂ ਹੀਅਰ ਦਾ ਸੌਂਗਸ ਆਫ ਨਾਈਟਿੰਗਲਸ ਨਾਈਟਿੰਗਲਸ ਦੇ ਸੌਂਗ ਸੁਣ ਕੇ ਬਹੁਤ ਜ਼ਿਆਦਾ ਉਹ ਖੁਸ਼ ਹੁੰਦਾ ਹੈ ਬਟ ਥੀਸ ਸਿੰਗਿੰਗ ਵਰਡਸ ਡੂ ਨਾਟ ਬਿਲੋਂਗ ਟੂ ਐਨੀ ਹੈਪੀ ਵਰਲਡ ਪਰ ਜਿਹੜੇ ਇਹ ਨਾਈਟਿੰਗਲਸ ਨੇ ਇਹ ਕਿਸੇ ਵੀ ਹੈਪੀ ਵਰਲਡ ਸੁੰਦਰ ਦੁਨੀਆ ਤੋਂ ਬਿਲੋਂਗ ਨਹੀਂ ਕਰਦੇ ਦੇ ਸਿੰਪਲੀ ਸਿੰਗ ਆਫ देयर ਪੇਨ ਆਫ ਅਨਸੈਟੀਸਫਾਈਡ ਡ੍ਰੀਮਸ ਐਂਡ ਹੋਪਸ ਉਹ ਸਿੰਪਲੀ ਆਪਣੇ ਇਹ ਜਿਹੜੇ ਸੌਂਗਸ ਨੇ ਇਹਨਾਂ ਦੇ ਵਿੱਚ ਆਪਣੀਆਂ ਜਿਹੜੀਆਂ ਅਨਫੁੱਲਫਿਲਡ ਇਛਾਵਾਂ ਨੇ ਜਾਂ ਆਪਣੇ ਜਿਹੜੇ ਦੁੱਖ ਨੇ ਉਹਨਾਂ ਨੂੰ ਪੇਸ਼ ਕਰਦੇ ਨੇ ਅਗੇ ਇਸ ਦੀ ਐਕਸਪਲੇਨੇਸ਼ਨ ਦੇਖੋ ਇਹਨਾਂ ਲਾਈਨਾਂ ਦੀ ਇਨ ðiਸ ਲਾਈਨਜ਼ ਦਾ ਪੋਇਟ ਵਾਂਟਸ ਟੂ ਨੋ ਜਿਹੜਾ ਪੋਇਟ ਆ ਜਾਣਨਾ ਚਾਹੁੰਦਾ ਹੈ ਦਾ ਸੋਰਸ ਫਰੋਮ ਵੇਅਰ ਦਾ ਨਾਈਟਿੰਗਲਸ ਕਮ ਕਿ ਜਿਹੜੇ ਨਾਈਟਿੰਗਲਸ ਨੇ ਉਹ ਕਿੱਥੋਂ ਆਉਂਦੇ ਨੇ ਮਤਲਬ ਉਹਨਾਂ ਦੀ ਜਗ੍ਹਾ ਜਿਹੜੀ ਉਹ ਕਿਹੜੀ ਹੈ ਕਿਹੜੀ ਜਗ੍ਹਾ ਤੋਂ ਉਹ ਨਾਈਟਿੰਗਲਸ ਨੇ ਜਿਹੜੇ ਉਹ ਆਪਣੇ ਇੱਥੇ ਆਉਂਦੇ ਨੇ ਹੀ ਬਲੀਵਜ਼ ਥੈਟ ਦੇਅਰ ਮਾਉਂਟੇਨਸ ਹੋਮ ਮਸਟ ਬੀ ਵੈਰੀ ਬਿਊਟੀਫੁਲ ਮਤਲਬ ਉਹ ਬਲੀਵ ਕਰਦਾ ਕਿ ਜਿਹੜੇ ਉਹਨਾਂ ਦੇ ਮਾਉਂਟੇਨ ਹੋਮ ਹੈ ਜਿੱਥੇ ਉਹ ਰਹਿੰਦੇ ਨੇ ਨਾਈਟਿੰਗਲਸ ਉਹ ਬਹੁਤ ਜ਼ਿਆਦਾ ਸੁੰਦਰ ਹੋਵੇਗਾ ਬਹੁਤ ਜ਼ਿਆਦਾ ਬਿਊਟੀਫੁਲ ਹੋਣਗੇ ਮਤਲਬ ਉਹ ਜਗ੍ਹਾ ਜਿੱਥੋਂ ਇਹ ਆਉਂਦੇ ਨੇ the stream in the mountain valley matlab jittho eh aunde ne nightingales da jehde utthe nadiyan honngiyan oh mountain valley diyan vich make the nightingales sing sweet songs jinna ne ki inna nightingales nu inne mitthe song gaaun de qabil banaya must be very bright bahut zyada bright honngiyan sundar honngiyan chamkeeliyan honngiyan the poet is so much charmed by their songs osna de jehde songs ne onna dwara matlab bahut zyada mohit ho janda jehda poet hai that he wishes aur oh wish karda hai Uh, to wonder in the heavenly air of those foresters where nightingales live ke jithe nightingales rehnde ne oh vi utthe khud ja ke utthe ghumna firna chahunda hai the poet imagines that ਜਿਹੜਾ ਪੋਇਟ ਆ ਇਮੇਜਿਨ ਕਰਦਾ ਹੈ ਦਾ ਇੱਕ ਹੀ दैट ਆਏਗਾ ਇੱਥੇ that the nightingales learn their art of singing from these mountains stream ਮਤਲਬ ਉਹ ਇਮੇਜਿਨ ਕਰਦਾ ਹੈ ਕਿ ਜਿਹੜਾ ਉਹਨਾਂ ਦਾ ਇਹ ਆਰਟ ਹੈ ਗਾਉਣ ਦਾ ਸਿੰਗਿੰਗ ਦਾ ਜਰੂਰ ਇਹ nightingales ਨੇ ਜਿਹੜੀਆਂ ਇਹਨਾਂ ਨੇ ਉਹਨਾਂ streams ਤੋਂ ਸਿੱਖਿਆ ਹੋਵੇਗਾ ਮਤਲਬ ਜਿੱਥੇ ਰਹਿੰਦੀਆਂ ਨੇ ਮਤਲਬ ਉੱਥੋਂ ਇਹਨਾਂ ਨੂੰ ਗਾਉਣਾ ਜਿਹੜਾ ਉਹ ਆਇਆ ਹੋਵੇਗਾ ਸੋ ਅਗਲਾ ਦੇਖੋ ਨੈਕਸਟ ਸਟੈਂਜ ਆਪਣਾ ਲਿਖ ਲੈਣਾ ਜਿਹੜਾ ਕੰਟੈਕਸਟ ਹੈ ਸੇਮ ਐਜ਼ ਪ੍ਰੀਵੀਅਸ ਪਿਛਲਾ ਹੀ ਰੱਖਣਾ ਤੁਸੀਂ ਨੇ ਇਹਨਾਂ ਦੀ ਐਕਸਪਲੇਨੇਸ਼ਨ ਦੇਖੋਗੇ ਕਰਦੇ ਆਪਾਂ ਇਨ ਥੀਸ ਲਾਈਨਸ ਦਾ ਨਾਈਟਿੰਗਲਸ ਰਿਵੀਲ देयर ਸੈਡ ਫਲਾਈਟ ਇਹਨਾਂ ਲਾਈਨਾਂ ਦੇ ਵਿੱਚ ਜਿਹੜੇ ਨਾਈਟਿੰਗਲਸ ਨੇ ਆਪਣੀ ਦੁਰਦਸ਼ਾ ਜਿਹੜੀ ਉਹ ਸੈਡ ਫਲਾਈਟ ਹੈ ਉਹ ਮਤਲਬ ਪੇਸ਼ ਕਰਦੇ ਨੇ ਆਪਣੀ ਦੁੱਖ ਭਰੀ ਕਹਾਣੀ ਦ ਨਾਈਟਿੰਗਲਸ ਰਿਪਲਾਈ ਨਾਈਟਿੰਗਲਸ ਰਿਪਲਾਈ ਕਰਦੇ ਨੇ that the mountains from where they come ਕਿ ਉਹ ਮਾਉਂਟੇਨਸ ਪਹਾੜੀਆਂ ਜਿੱਥੋਂ ਉਹ ਆਉਂਦੇ ਨੇ ਆਰ ਬੈਰਨ ਉਹ ਬੈਰਨ ਨੇ ਮਤਲਬ ਬੰਜਰ ਨੇ ਬਹੁਤ ਯਾਰਾ ਸੁੰਦਰ ਨਹੀਂ ਹੈਗੀਆਂ ਦੇਅਰ ਆਰ ਰੌਕਸ ਉਥੇ ਮਤਲਬ ਪੱਥਰ ਨੇ ਐਂਡ ਡਰਾਈ ਸਟ੍ਰੀਮਸ ਅਤੇ ਸੁੱਕੀਆਂ ਹੋਈਆਂ ਨਦੀਆਂ ਨੇ ਇਨ ਦਾ ਮਾਉਂਟੇਨ ਵੈਲੀ ਜਿੱਥੇ ਉਹ ਆਉਂਦੇ ਨੇ ਜਿੱਥੋਂ ਦੇ ਆਲਸੋ ਸੇ ਥੈਟ ਉਹ ਇਹ ਵੀ ਨਾਲ ਕਹਿੰਦੇ ਨੇ ਨਾਈਟਿੰਗਲਸ ਦੇ ਆਲਸੋ ਸੇ ਥੈਟ देयर सॉन्ग्स आर नॉट द एक्सप्रेशन ऑफ देयर जॉय ओ ए भी गल भी कहंदे ने नाइटिंगल्स जेडी बुलबुल ने के साडे जेडे सॉन्ग्स ने ए साडे खुशियां भरे सॉन्ग नहीं हैगे ਦੇ ਓਨਲੀ ਐਕਸਪ੍ਰੈਸ ਪੇਨ ਆਫ देयर ਹਰਟਸ ਇਹ ਸਾਡੇ ਦਿਲਾਂ ਦਾ ਪੇਨ ਹੈ ਜਿਹੜਾ ਉਹ ਉਸ ਨੂੰ ਬਿਆਨ ਕਰਦੇ ਨੇ despite their art and skill in singing singing ਦੇ ਵਿੱਚ ਉਹਨਾਂ ਦਾ ਮਤਲਬ ਇੰਨਾ ਵਧੀਆ ਆਰਟ ਇੰਨੀ ਵਧੀਆ ਕਲਾ ਦੇ ਬਾਵਜੂਦ ਵੀ ਦੇ ਆਰ ਅਨਏਬਲ ਟੂ ਐਕਸਪ੍ਰੈਸ ਦਾ ਪੇਨ ਆਫ देयर अनਫੁਲਫਿਲਡ ਡਿਜ਼ਾਇਰ ਮਤਲਬ ਇੰਨੀ ਵਧੀਆ ਕਲਾ ਦੇ ਬਾਵਜੂਦ ਵੀ ਉਹ ਅਨਏਬਲ ਹੁੰਦੇ ਨੇ ਮਤਲਬ ਉਹ ਅਯੋਗ ਨੇ ਇਸ ਗੱਲ ਦੇ ਉਹ ਐਕਸਪ੍ਰੈਸ ਨਹੀਂ ਕਰ ਸਕਦੇ ਆਪਣਾ ਦੁੱਖ ਆਪਣਾ ਦੁੱਖ ਦਰਦ ਅਤੇ ਆਪਣੀਆਂ ਜਿਹੜੀਆਂ ਅਧੂਰੀਆਂ ਇੱਛਾਵਾਂ ਨੇ ਉਹਨਾਂ ਨੂੰ ਉਹ ਪੇਸ਼ ਨਹੀਂ ਕਰ ਸਕਦੇ ਬਿਆਨ ਨਹੀਂ ਕਰ ਸਕਦੇ ਐਂਡ ਅੱਗੇ ਆਪਣਾ ਨੈਕਸਟ ਦੇਖੋ 3rd ਸਟੈਂਜ ਆ ਲਾਸਟ ਸਟੈਂਜ ਆ ਇਹ ਤੁਸੀਂ ਲਿਖ ਲੈਣਾ ਕੰਟੈਕਸਟ ਦਾ ਜਿਹੜਾ ਸੇਮ ਐਜ਼ ਪ੍ਰੀਵੀਅਸ ਬਿਲਕੁਲ ਪਹਿਲਾ ਵਾਲਾ ਹੀ ਆਪਾਂ ਨੇ ਕਰਨਾ ਐ ਅੱਗੇ ਐਕਸਪਲੇਨੇਸ਼ਨ ਦੇਖੋ ਇਹਨਾਂ ਲੈਣਾ ਦੀ ਇਨ ðiਜ਼ ਲਾਈਨਸ ði ਨਾਈਟਿੰਗਲਜ਼ ਰਿਪਲਾਈ ਥੈਟ ਇਹਨਾਂ ਲੈਣਾ ਦੇ ਵਿੱਚ ਜਿਹੜੇ ਨਾਈਟਿੰਗਲਜ਼ ਨੇ ਬੁਲਬਲੋ ਰਿਪਲਾਈ ਮਤਲਬ ਰਿਪਲਾਈ ਕਰਦੇ ਨੇ ਜਵਾਬ ਦਿੰਦੇ ਨੇ ਥੈਟ ਦੇ ਕੀਪ ਸਿੰਗਿੰਗ ਕਿ ਉਹ ਮਤਲਬ ਸਿੰਗਿੰਗ ਗਾਉਂਦੇ ਰਹਿੰਦੇ ਨੇ ਦ ਹੋਲ ਨਾਈਟ ਸਾਰੀ ਰਾਤ ਉਹ ਗਾਉਂਦੇ ਰਹਿੰਦੇ ਨੇ ਦੇ ਐਕਸਪ੍ਰੈਸ ਦੇ ਸੋਰੋ ਐਂਡ ਪੇਨ ਮਤਲਬ ਕਿ ਉਹ ਆਪਣੇ ਦੁੱਖ ਦਰਦ ਤੇ ਆਪਣਾ ਪੇਨ ਹੈ ਜਿਹੜਾ ਦਰਦ ਹੈ ਉਸ ਨੂੰ ਬਿਆਨ ਕਰਦੇ ਨੇ ਆਪਣੇ ਗਾਣਿਆਂ ਦੇ ਵਿੱਚ ਹਾਊਐਵਰ men drives a great pleasure out of their songs ਉਹ ਕਹਿੰਦੇ ਅਸੀਂ ਤਾਂ ਮਤਲਬ ਜਿਹੜੇ ਸਾਡੇ ਗਾਣੇ ਨੇ ਦੁੱਖ ਭਰੇ ਗਾਉਣੇ ਆ ਸਾਡਾ ਦੁੱਖ ਬਿਆਨ ਕਰਦੇ ਆ ਪਰ ਜਿਹੜੇ men ਜਿਹੜੇ ਲੋਕ ਨੇ ਉਹ ਸਾਡੇ ਗਾਣਿਆਂ ਦੇ ਵਿੱਚੋਂ ਖੁਸ਼ੀ ਹੈ ਜਿਹੜੀ ਉਹ ਪ੍ਰਾਪਤ ਕਰਦੇ ਨੇ as the night comes to an end ਜਦੋਂ ਮਤਲਬ ਰਾਤ ਆ ਜਿਹੜੀ ਉਸ ਦਾ ਐਂਡ ਹੋਣ ਵਾਲਾ ਹੁੰਦਾ ਹੈ ਰਾਤ ਖਤਮ ਹੋਣ ਵਾਲੀ ਹੁੰਦੀ ਹੈ the other birds welcome the sunny morning ਦੂਜੇ ਸਾਰੇ ਪੰਛੀ ਨੇ ਜਿਹੜੇ ਉਹ ਜਾਗਦੇ ਨੇ ਆਪਣੀ ਜਗ੍ਹਾ ਤੋਂ ਬਾਹਰ ਆ ਜਾਂਦੇ ਨੇ ਵੈਲਕਮ ਕਰਦੇ ਨੇ ਮਾਰਨਿੰਗ ਦਾ ਤਾਂ nightingales ਨੇ ਜਿਹੜੇ ਉਹ ਕੀ ਕਰਦੇ ਨੇ the nightingales move to their hideout ਆਪਣੀ ਜਗ੍ਹਾ ਦੇ ਉੱਪਰ ਜਾ ਕੇ ਲੁਕ ਜਾਂਦੇ ਨੇ and dream silently ਅਤੇ ਚੁੱਪਚਾਪ ਸੁਪਨੇ ਨੇ ਜਿਹੜੇ ਉਹ ਦੇਖਦੇ ਰਹਿੰਦੇ ਨੇ ਦੇ ਕੰਟੀਨਿਊ ਡ੍ਰੀਮਿੰਗ ਅਬਾਊਟ देयर ਸੋਰੋਜ਼ ਮਤਲਬ ਆਪਣੇ ਦੁੱਖਾਂ ਦੇ ਬਾਰੇ ਕੰਟੀਨਿਊ ਸੁਪਨੇ ਹੋ ਲੈਂਦੇ ਰਹਿੰਦੇ ਨੇ ਐਂਡ ਅਨਫੁਲਫਿਲਡ ਡਿਜ਼ਾਇਰਸ ਅਤੇ ਜਿਹੜੀ ਉਹਨਾਂ ਦੇ ਅਧੂਰੀਆਂ ਇੱਛਾਵਾਂ ਨੇ ਉਹਨਾਂ ਬਾਰੇ ਸੁਪਨੇ ਨੇ ਜਿਹੜੇ ਉਹ ਦੇਖਦੇ ਰਹਿੰਦੇ ਨੇ ਸੋ ਇਹ ਸੀ ਆਪਣੀ ਪੋਇਮ 8th ਪੋਇਮ ਨਾਈਟਿੰਗਸ ਮਤਲਬ ਕਿ ਬੁਲਬੁਲ ਬਹੁਤ ਹੀ ਆਸਾਨ ਹੈ ਆਈ ਹੋਪ ਕਿ ਤੁਹਾਨੂੰ ਵੀ ਆਸਾਨ ਲੱਗੀ ਹੋਵੇਗੀ ਬਿਲਕੁਲ ਆਪਾਂ ਨੇ ਸਿੰਪਲ ਵਰਡਿੰਗ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰੀ ਹੈ ਇੱਕ ਹੀ ਇਸ ਦਾ ਲੌਂਗ ਕੁਐਸਚਨ ਤੁਸੀਂ ਨੇ ਕਰਨਾ ਹੈ ਸੋ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨਾ ਹੀ ਜੇਕਰ ਤੁਹਾਨੂੰ ਪੋਇਮ ਚੰਗੀ ਲੱਗੀ ਹੈ ਮਤਲਬ ਕਿ ਵਰਡਿੰਗ ਆਸਾਨ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ